ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਵ ਜੰਡੂ ਵਿਦ ਮਿਸਟਰ ਮੋਹਿਤ ਮੱਕੜ ਤੁਸੀਂ ਜਾਣਦੇ ਹੋਣੇ ਜੀ ਮੋਹਿਤ ਆਇਆ ਆ ਕੈਨੇਡਾ ਕਦੋਂ ਆਇਆ ਸੀ ਤੂੰ 24th of February ਨੂੰ ਆਇਆ ਸੀ 3 ਦਿਨ ਗੌਰਮੈਂਟ ਅਪਰੂਵਡ ਹੋਟਲ 'ਚ ਰਹਿ ਕੇ ਫਿਰ 11 ਦਿਨ ਆਪਣੇ ਜਿਹੜੇ ਨੇ ਆਪ ਸਿਲੈਕਟ ਕੀਤਾ ਹੋਟਲ 'ਚ ਉਹਦੇ ਵਿੱਚ ਰਹਿ ਕੇ ਕਿਹੜੇ ਕਿਹੜੇ 'ਚ ਰਿਹਾ ਦੱਸ ਦਿਓ ਸਾਰਿਆਂ 3 ਦਿਨ ਕਿਹੜੇ ਹੋਟਲ 'ਚ ਰਿਹਾ ਅਤੇ ਬਾਅਦ 'ਚੋਂ ਕਿਹੜੇ 'ਚ ਰਿਹਾ 3 ਦਿਨ ਰਿਹਾ ਮੈਂ 4 ਪੁਆਇੰਟਸ ਬਾਏ ਸ਼ੈਰੀਟਨ ਅਤੇ ਬਾਅਦ 'ਚੋਂ ਰਿਹਾ ਮੌਂਟੀ ਕਾਰਲੋ ਇਨ ਏਅਰ ਇਹ ਮਿਸਿਸਾਗਾ ਜਦੋਂ ਨੇ ਨਾ ਇਹ ਮਿਸਿਸਾਗਾ ਜੀ ਅਤੇ ਜੀ ਫਿਰ ਇਹ 10 ਮਾਰਚ ਨੂੰ 9 ਮਾਰਚ ਨੂੰ ਸ਼ਾਮ ਨੂੰ ਆ ਗਿਆ ਸੀਗਾ 10 ਮਾਰਚ ਨੂੰ ਸੀਗਾ ਕਰ ਸਕਦਾ ਪਰ ਮੈਂ 9 ਨਹੀਂ ਕਰਤਾ ਜੀ ਮਤਲਬ ਉਹ ਮੰਨ ਗਏ ਸੀਗੇ ਹੋਟਲ ਵਾਲੇ ਨਾ ਕਿ ਤੁਸੀਂ ਕਰ ਸਕਦੇ ਹਾਂ ਅਤੇ ਅਸੀਂ ਫਿਰ ਕਰ ਆਏ ਜੀ ਚਲੋ ਜੀ ਹੁਣ ਤੁਹਾਨੂੰ ਦੱਸਦੇ ਹਾਂ ਆਪਾਂ ਮੇਨ ਟੋਪਿਕ ਆਪਣਾ ਜੇ ਹੈਗਾ ਆ ਜੀ ਕੈਨੇਡਾ 'ਚ ਜਦੋਂ ਤੁਸੀਂ ਆਉਂਦੇ ਆ ਸਟੂਡੈਂਟਸ ਇੰਡੀਆ 'ਚ ਕੀ ਐਕਸਪੈਕਟ ਕਰਦੇ ਆ ਅਤੇ ਕੈਨੇਡਾ ਜਾ ਕੇ ਰਿਐਲਿਟੀ ਕੀ ਹੁੰਦੀ ਆ ਲਓ ਜੀ ਹੁਣ ਮੱਕੜ ਸਾਹਿਬ ਮੈਂ ਤੁਹਾਨੂੰ ਪਹਿਲਾਂ ਕੁਐਸਚਨ ਪੁੱਛੂੰਗਾ ਕਿ ਜੇ ਤੁਸੀਂ ਇੰਡੀਆ 'ਚ ਰਹਿੰਦੇ ਸੀ ਤੁਸੀਂ ਕੀ ਸੋਚਿਆ ਕਿ ਕੈਨੇਡਾ ਕੀ ਆ ਜੰਨਤ ਆ ਉੱਚੀ ਬੋਲਣ ਜੰਨਤ ਆ ਠੀਕ ਆ ਅਤੇ ਇੱਥੇ ਆ ਕੇ ਹੁਣ ਤੈਨੂੰ ਮਤਲਬ ਆਲਮੋਸਟ ਸੇਮ ਲੱਗ ਰਿਹਾ ਆ ਥੋੜ੍ਹਾ ਜਿਹਾ ਚੇਂਜ ਆ ਕਿ ਬਹੁਤ ਚੇਂਜ ਆ ਬਹੁਤ ਚੇਂਜ ਆ ਯਾਰ ਮਤਲਬ ਇੰਡੀਆ ਇਹ ਸੀਗਾ ਕਿ ਕੈਨੇਡਾ ਆ ਕੇ ਸਾਰੀ ਸੁਵਿਧਾ ਆਪਾਂ ਉੱਥੇ ਆ ਕੇ ਪਹਿਲਾਂ ਘੁੰਮਾਂਗੇ ਫਿਰ ਆਵੇਂ ਖਾਵਾਂਗੇ ਠੀਕ ਆ ਚੱਲਦਾ ਸਹੀ ਆ ਨਵੀਂ ਨਵੀਂ ਕੰਟਰੀ ਜਾਏ ਅਸੀਂ ਕਰਨਾ ਵੀ ਆ ਪਰ ਉਰੇ ਆ ਕੇ ਟਾਈਮ ਨਹੀਂ ਹੁੰਦਾ ਕਿਸੇ ਤੋਂ ਬਾਈ ਕਿਤੋਂ ਹੀ ਨਹੀਂ ਹੈ ਮਤਲਬ ਬੰਦਾ 1-2 ਦਿਨ ਘੁੰਮਦਾ ਤੁਸੀਂ ਜੇ ਘੁੰਮਦੇ ਪਰ ਹਾਲ ਦੀ ਕੁੜੀ ਤੁਸੀਂ 3-4 ਦਿਨ ਇਕੱਲੇ ਹੀ ਰਹਿੰਦੇ ਆ ਕੇ ਤੁਹਾਨੂੰ ਇਕੱਲੇ ਸ਼ਿਫਟ ਲੱਭਣੀ ਪੈਣੀ ਜੋਬ ਲੱਭਣੀ ਪੈਣੀ ਸਭ ਕੁਝ ਕਰਨਾ ਪੈਣਾ ਇਕੱਲੇ ਹੀ ਕਰਨਾ ਪੈਣਾ ਤੁਸੀਂ ਸੋਚਦੇ ਕਿ ਇੰਡੀਆ ਹੁੰਦਾ ਕਿ ਮੇਰਾ ਚਾਚਾ ਤਾਇਆ ਬੈਠਾ ਮਾਮਾ ਫਲਾਣਾ ਬੈਠਾ ਬਾਈ ਕੋਈ ਨਹੀਂ ਬੈਠਾ ਆ ਵੀ ਆ ਕੇ ਕਰਨਾ ਪੈਂਦਾ ਇਹ ਇੱਕ ਫਰਕ ਹੁੰਦਾ ਇੱਕ ਤਾਂ ਇਹ ਫਰਕ ਮੇਨਲੀ ਮੈਨੂੰ ਕਾਹ ਲੱਗਾ ਅਤੇ ਯਾਰ ਉਰੇ ਆ ਕੇ ਤੁਸੀਂ 2 ਕੰਮ ਰਹਿ ਜਾਂਦੇ ਆ ਸ਼ਿਫਟ ਤਵਾਓ ਸੋ ਜਾਓ ਸ਼ਿਫਟ ਤਵਾਓ ਸੋ ਜਾਓ ਬਸ ਇਹੀ ਹੁੰਦਾ ਜਾਂ ਫਿਰ ਜਿੱਦਾਂ ਹੁਣ ਮੇਰੀ ਥੋੜ੍ਹੀ ਆਪਾਂ ਲੱਗੀ ਹਾਂ ਥੋੜ੍ਹੇ ਆਪਾਂ ਇੱਕ ਘਰ 'ਚ ਲੱਗ ਰਹੀਦਾ ਇਕੱਠੇ ਰਹੀਦਾ ਆ ਨਾ ਇੱਥੇ ਵਾਕ 'ਚ ਚਲੇ ਗਏ ਨਹੀਂ ਤਾਂ ਮੈਂ ਉਰੇ ਇਹ ਵੀ ਦੇਖਿਆ ਸਾਡੇ ਇੱਕ ਰੂਮਮੇਟ ਆ 7 ਵਜੇ ਜਾਂਦਾ ਬੰਦਾ 7 ਵਜੇ ਜਾਂਦਾ ਆ ਉਹਨੂੰ ਮੈਂ ਉਹਦੀ ਮੇਰੀ ਸ਼ਕਲ 3 ਦਿਨ ਬਾਅਦ ਦੇਖੀ ਅੱਜ ਅਤੇ ਉਹਦੀ ਸ਼ਿਫਟ ਰਾਤੀ 3 ਵਜੇ ਮੁੱਕਦੀ ਆ ਅਤੇ ਉਹ ਦੁਪਹਿਰੇ 2 ਵਜੇ ਜਾਂਦਾ ਆ ਇੰਨੇ ਵਜੇ ਆਉਂਦਾ ਮੇਰੀ ਸ਼ਕਲ ਤੱਕ ਨਹੀਂ ਦੇਖਦਾ ਮੈਂ ਉਹਦੀ ਅਤੇ ਕਿਉਂਕਿ ਉਰੇ ਮੈਂ ਜਾਂਦਾ ਸਵੇਰੇ 7 ਵਜੇ ਅਤੇ ਮੈਂ ਆਉਂਦਾ 4:30 ਵਜੇ ਇਹ ਸੀਨ ਵੀ ਇੱਥੇ ਹੈਗਾ ਆ ਇੱਕ ਆਹ ਚੀਜ਼ ਮੈਨੂੰ ਡਿਫਰੈਂਸ ਲੱਗੀ ਇੰਡੀਆ 'ਚ ਇੱਦਾਂ ਨਹੀਂ ਹੁੰਦਾ ਬਈ ਤੁਹਾਨੂੰ ਵੀ ਪਤਾ ਹੀ ਆ ਸਿੱਧੀ ਜੀ ਗੱਲ 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 ਤੇ ਯਾਦ ਆਉਂਦੀ ਆ ਖਾਣਾ ਰੋਟੀ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੋਂ ਲੈ ਕੇ ਸਭ ਕੁਛ ਯਾਦ ਆਉਂਦੀ ਆ ਤੁਸੀਂ ਘਰੇ ਆਉਂਦੇ ਆ ਬਾਹਰੋਂ ਘੁੰਮ ਫਿਰ ਕੇ ਆਉਂਦੇ ਆ ਘਰੇ ਆ ਕੇ ਤੁਹਾਨੂੰ ਪੱਕੀ ਪਕਾਈ ਮਿਲਦੀ ਆ ਆਪਣੀ ਮਰਜ਼ੀ ਦੀ ਮਿਲਦੀ ਆ ਘਰੋਂ ਫੋਨ ਆਉਂਦਾ ਜੀ ਅੱਜ ਦੱਸੋ ਮੋਈ ਜੀ ਕੀ ਖਾਣਾ ਅਤੇ ਦੱਸੀ ਦਾ ਸੀਗਾ ਇੱਥੇ ਆ ਕੇ ਜੋ ਆ ਉਹ ਖਾਣਾ ਪੈਂਦਾ ਥੋੜ੍ਹੀ ਏਸਟੀ ਹੁੰਦੀ ਫੀਲ ਹੁੰਦੀ ਆ ਕਈ ਗੱਲਾਂ ਤਾਂ ਹੁੰਦੀਆਂ ਜਿੱਦਾਂ ਆਪਣੇ ਫੈਮਿਲੀ ਦੇ ਕਿਸੇ ਮੈਂਬਰ ਨਾਲ ਕਲੋਜ਼ ਬਹੁਤ ਹੁੰਦੇ ਆ ਜਦੋਂ ਮੈਂ ਆਪਣੀ ਭੈਣ ਨਾਲ ਆ ਮੈਂ ਹਰ ਗੱਲ ਸ਼ੇਅਰ ਕਰਦਾ ਇੱਥੇ ਜਾ ਕੇ ਮੈਨੂੰ ਟਾਈਮ ਦੇਖਣਾ ਪੈਂਦਾ ਯਾਰ ਉੱਥੇ ਰਾਤ ਆ ਇੱਥੇ ਦਿਨ ਆ ਮੈਂ ਕਿੱਦਾਂ ਦੱਸਾਂ ਉਹ ਟਾਈਮ ਚੱਕਰ ਥੋੜ੍ਹਾ ਹੁੰਦਾ ਬੰਦੇ ਨੂੰ ਫੀਲ ਤਾਂ ਬਹੁਤ ਹੁੰਦਾ ਯਾਰ ਕਿ ਮਤਲਬ ਤੂੰ ਹਜੇ ਪੇਰੈਂਟਸ ਨੂੰ ਮਿਸ ਕਰਦਾ ਪਹਿਲੇ 15 ਦਿਨ ਹੋ ਗਏ ਆ ਹਜੇ ਵੀ ਇਹਨੂੰ ਇਹ ਰੋਜ਼ ਕਹਿੰਦਾ ਹੁੰਦਾ ਕਿ ਯਾਰ ਇੰਡੀਆ ਥੋੜ੍ਹਾ ਇੱਦਾਂ ਹੁੰਦਾ ਸੀ ਘਰਦਿਆਂ ਨਾਲ ਵਿੱਚ ਬਹਿ ਜਾਂਦੇ ਹੁੰਦੇ ਨੇ ਸ਼ਾਮ ਨੂੰ ਫਿਰ ਚਲੋ ਇੱਥੇ ਵੀ ਆਉਣਾ ਹੌਲੀ ਹੌਲੀ ਇਹਨੂੰ ਪੈ ਜਾਣੀ ਹੱਥ ਪਰ ਤੀਜੀ ਗੱਲ ਤੈਨੂੰ ਇੰਡੀਆ 'ਚ ਸਟ੍ਰੈਸ ਕਿੰਨਾ ਹੁੰਦਾ ਸੀ ਅਤੇ ਇੱਥੇ ਕਿੰਨਾ ਸਟ੍ਰੈਸ ਆ ਮਤਲਬ ਇੱਦਾਂ ਆਪਣੀ ਪਰਸਨਲ ਲਾਈਫ ਉਹ ਅਲੱਗ ਗੱਲ ਆ ਨਾ ਮਤਲਬ ਉੱਦਾਂ ਇੱਕ ਨੋਰਮਲ ਬੰਦਾ ਆ ਅਤੇ ਉੱਥੇ ਆਪਣੀ ਲਾਈਫ 'ਚ ਕਿੰਨਾ ਕੁ ਸਟ੍ਰੈਸ ਲੈਂਦਾ ਅਤੇ ਇੱਥੇ ਆ ਕੇ ਕਿੱਦਾਂ ਹੁੰਦਾ ਉਹਨੂੰ ਯਾਰ ਉੱਥੇ ਸਟ੍ਰੈਸ ਘੱਟ ਹੀ ਆ ਇੱਥੇ ਨਾਲੋਂ ਤਾਂ ਉੱਥੇ ਜਾ ਕੇ ਤੁਸੀਂ ਕਾਮਨਲੀ ਕੀ ਕਰਨਾ ਹੈ ਯਾਰ ਜੇ ਤੁਸੀਂ ਪੜ੍ਹਦੇ ਆ ਪੜ੍ਹਨਾ ਆ ਅਤੇ ਸੌਣਾ ਆ ਅਤੇ ਬਸ ਇਨਫ ਤੁਹਾਨੂੰ ਇਹੀ ਚੀਜ਼ ਕਰਨੀ ਆ ਅਤੇ ਤੁਸੀਂ ਇੱਥੇ ਆਉਣਾ ਆ ਪੜ੍ਹਨਾ ਵੀ ਆ ਖਾਣਾ ਵੀ ਆ ਸੌਣਾ ਵੀ ਸਭ ਕੁਝ ਕਰਨਾ ਸਟ੍ਰੈਸ ਇੱਥੇ ਜ਼ਿਆਦਾ ਉੱਥੇ ਨਾਲੋਂ ਪਰ ਇੱਥੇ ਫਾਇਦਾ ਵੀ ਹੈ ਯਾਰ ਉੱਥੇ ਸਟ੍ਰੈਸ ਲੈ ਕੇ ਤੁਹਾਨੂੰ ਇੱਥੇ ਆ ਕੇ ਉਹਦੀ ਵੈਲਿਊ ਵੀ ਤਾਂ ਪੈਂਦੀ ਹੈ ਨਾ ਤੁਹਾਨੂੰ ਤੁਹਾਨੂੰ ਪਤਾ ਹੁੰਦਾ ਤੁਸੀਂ ਸ਼ਿਫਟ ਲਾ ਕੇ ਤੁਹਾਡੇ ਰਾਤ 'ਚ ਅੱਜ ਪੈਸੇ ਹੈਗੇ ਆ ਤੁਹਾਡੇ ਅਕਾਊਂਟ 'ਚ ਇੰਨੇ 1 ਹਫ਼ਤੇ ਬਾਅਦ ਪੈਸੇ ਆ ਜਾਣੇ ਆ ਪਤਾ ਮਿਹਨਤ ਲੱਗੀ ਆ ਕੁਛ ਫਾਇਦਾ ਹੋਇਆ ਸਟ੍ਰੈਸ ਦੀ ਗੱਲ ਕਰੀਏ ਇੱਥੇ ਜ਼ਿਆਦਾ ਉੱਥੇ ਨਾਲੋਂ ਅਤੇ ਅਗਲੀ ਗੱਲ ਸਫਾਈ ਕਿੰਨੀ ਕੁ ਲੱਗੀ ਫਿਰ ਕੈਨੇਡਾ 'ਚ ਕਹਿੰਦੇ ਸਫਾਈ ਬਹੁਤ ਐਨ ਸਵਰਗ ਅਨਗਾ ਲੱਗਦਾ ਸਫਾਈ ਦੱਸਣ ਇੰਡੀਆ 'ਤੇ ਇੱਥੇ 'ਚ ਕੀ ਫਰਕ ਹੈ ਬਾਈ ਦੇਖੋ ਇੰਡੀਆ 'ਚ ਨਾ ਲੋਕਾਂ ਸੜਕਾਂ 'ਤੇ ਗੰਦ ਪਿਆ ਹੁੰਦਾ ਅਤੇ ਘਰ ਸਾਫ਼ ਹੁੰਦੇ ਇੱਥੇ ਘਰ 'ਚ ਗੰਦ ਪਿਆ ਹੁੰਦਾ ਸੜਕਾਂ ਸਾਫ਼ ਹੁੰਦੀਆਂ
समान खोपड़े सही है ते इत्थे मतलब तेने टाइम च जिद्दां हुण कह लो कईआं नूं पाणी जो चेंज हुंदा ना उहनां नूं टाइम टू टाइम थोड़ा डिफरेंस फील होण लग पैंदा कि हां वी पाणी नाल थोड़ा अंदरला बंदे दा डाइजेस्टिव सिस्टम थोड़ा हिल जांदा जां कुछ वी आ ओह तैनूं किद्दां लगा पाणी दा फर्क मैनूं इक वार सुणनी मतलब स्वाद दा वी नहीं फर्क लगा मैनूं नहीं फर्क लगा मैनूं ऐन सही लगा जिद्दां इंडिया च मैं करदा सी खाण खाण पीण दे मामले च मैनूं पाणी दा कहिंदे ना वैदर चेंज हुंदा बंदा बीमार हुंदा आ कुछ फीवर कफ मैनूं नहीं कुछ होया ते खान पीन च जिहड़े प्राइजेस आ उह च तैनूं किन्ना फर्क लगा मतलब उत्थे वी तू वध खर्चदा सी ना पैसे ऐन खुल्ले ते इत्थे आके वी मतलब सही आ है ना तू वधिया खर्चदा ते तैनूं मतलब फर्क की लगा कि इत्थे सस्ता समान कि उत्थे सस्ता मतलब कंपे ओह नहीं करना तुसीं करंसी कन्वर्ट नहीं करना हां करंसी नहीं कन्वर्ट नहीं करना तुहानूं उद्दां दे मैं तुहानूं हुण कॉमन जी एग्जांपल की लवां देखो यार कंट्री कंट्री डिपेंड करदा हाँ तुम नॉर्मल मान लो तो 50,000 कमाने एक मैगी का पैकेट भी 5 रुपये लेके आने इतने तो 3,000 कमाने तो मैगी का पैकेट कितना आता एक डॉलर अद्धे डॉलर का आता मतलब ठीक है यार दोनों पर उत्थे उरे समान थोड़ा सस्ता है लगता एज कंपेयर हाँ स्ट्रॉबेरी फ्लेवर हेल्पफुल हो जाए कि हां कैनेडा च आ चीज आ करके जानी दिमाग लगता जिदा कह लो एक आह हो गया लकड़ लुकड़ का काम सीख लो अलमीनियम का काम सीख लो ओह सीख लो सच ਕੀ ਹੁੰਦੇ ਆ ਉਹ ਜਿਹੜੇ ਟੂਟੀਆਂ ਵਗੈਰਾ ਕਰਦੇ ਹੁੰਦੇ ਆ ਪਲੰਬਰ ਪਲੰਬਰ ਉਹਦਾ ਪਲੰਬਿੰਗ ਦਾ ਕੰਮ ਵੀ ਸਿੱਖ ਸਕਦੇ ਤੁਸੀਂ ਉਹ 'ਚ ਬਹੁਤ ਪੈਸੇ ਯਾਰ ਬਾਈ ਦੋ ਪੈਸੇ ਆ ਗੱਲ ਕਦੀ ਪੈਸੇ ਦੀ ਨਹੀਂ ਪੀ ਆਰ 'ਚ ਵੀ ਤੁਹਾਨੂੰ ਪ੍ਰਾਇਰਟੀ ਮਿਲਦੀ ਮੇਨ ਗੱਲ ਬੰਦੇ ਤੇ ਆਈ ਹੁੰਦੀ ਆ ਯਾਰ ਚਲ ਜਾਓ ਹਾਂ ਐਕਸਪੀਰੀਅੰਸ ਐਂਟਰੀ ਫਾਈਲ ਦਾ 6 ਮਹੀਨੇ ਜਿਹਦਾ ਤੁਹਾਡਾ ਪ੍ਰੋਸੈਸਿੰਗ ਟਾਈਮ ਬਾਕੀ ਸਾਰਾ 20 ਮਹੀਨੇ ਹੁੰਦਾ ਸਟਾਰਟਿੰਗ ਦੇ ਤੇ ਅਗਲੀ ਟਿਪ ਅਗਲੀ ਹੀ ਕਮਿਊਨੀਕੇਸ਼ਨ ਸਕਿੱਲ ਬੰਦੇ ਦੀ ਵਧੀਆ ਹੋਣੀ ਚਾਹੀਦੀ ਆ ਬੰਦਾ ਯਾਰ ਮਾੜਾ ਮੋਟਾ ਪਤਾ ਹੁੰਦਾ ਇੰਡੀਆ ਦੇ ਹੁੰਦਾ ਨੇ ਜੋ ਸੰਗ ਦੇ ਇੱਥੇ ਆ ਕੇ ਨਾ ਸਪਾਈ ਸਭ ਕੁਝ ਆਪ ਹੀ ਕਰਨਾ ਟਰੈਵਲ ਤੋਂ ਲੈ ਕੇ ਸਭ ਕੁਝ ਉਹਨੂੰ ਪਹਿਲਾਂ ਹੁਣੇ ਦੇਖਣਾ ਸ਼ੁਰੂ ਹੀ ਕਰ ਦਿਆ ਕਰੋ ਕਿਉਂਕਿ ਅੱਗੇ ਇੰਡੀਆ ਜਿੱਦਾਂ ਹੁੰਦਾ ਸੀਗੇ ਕਿ ਹੁਣ ਆਪਾਂ ਕਿਤੇ ਵੀ ਜਾਣਾ ਹਨਾ ਕਿਸੇ ਸ਼ੌਪ ਤੇ ਜਾਣਾ ਆਪਾਂ ਕਹਿਣਾ ਬਾਈ ਇੱਥੇ ਅੰਕਲ ਜੀ ਡੈਡੀ ਨਾਲ ਗੱਲ ਕਰ ਲਓ ਕਿ ਆਹ ਗੱਲ ਆ ਇੱਥੇ ਆ ਕੇ ਤੁਹਾਨੂੰ ਆਪਣੀ ਸਕਿੱਲ ਇੰਨੀ ਕਿ ਇੰਪਰੂਵ ਕਰਨੀ ਪੈ ਜਾਂਦੀ ਆ ਕਿ ਤੁਹਾਨੂੰ ਕੰਮ ਵੀ ਤੁਸੀਂ ਆਪ ਲੱਭਣਾ ਤੁਹਾਨੂੰ ਗੱਲ ਕਰਨੀ ਆਉਣੀ ਚਾਹੀਦੀ ਹੈ ਕਿ ਅਗਲੇ ਬੰਦੇ ਤੋਂ ਕੰਮ ਲੈਣਾ ਵੀ ਆ ਤੇ ਮਤਲਬ ਕਢਾਉਣਾ ਵੀ ਆ ਹਨਾ ਉਹ ਸਾਰਾ ਕੁਝ ਤੁਹਾਨੂੰ ਆਪਣੀ ਜ਼ੁਬਾਨ ਤੋਂ ਆਉਣਾ ਚਾਹੀਦਾ ਕਿ ਮੈਂ ਸਿਰਫ ਗੱਲ ਕਰਕੇ ਹੀ ਆਹ ਆਪਣਾ ਕੰਮ ਕਰਾ ਲਵਾਂ ਇੰਨੇ ਕੁ ਅਤੇ ਇਕੱਲੇ ਟਰੈਵਲ ਕਰਨਾ ਸਿੱਖੋ ਜੀ ਜ਼ਿਆਦਾ ਤੋਂ ਜ਼ਿਆਦਾ ਜਿੱਦਾਂ ਕਈ ਜਨਤਾ ਜ਼ਿਆਦਾਤਰ ਤਾਂ ਹੁਣ ਚਲੋ ਆਪਣੇ ਵਰਗੇ ਘੁੰਮ ਫਿਰ ਆਉਂਦੇ ਜਾ ਜੂਗੇ ਪਰ ਜਿਹੜੇ ਨਹੀਂ ਜਾਂਦੇ ਉਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਐਕਸਪਲੋਰ ਕਰੋ ਉੱਧਰ ਆਪਣੀਆਂ ਜਗ੍ਹਾ ਨਵੀਆਂ ਨਵੀਆਂ ਇਕੱਲੇ ਜਾਣਾ ਸਿੱਖੋ ਫਰੈਂਡਸ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਦਿਲ ਵੀ ਇੱਧਰ ਅੱਗੇ ਲੱਗੂਗਾ ਤੁਹਾਨੂੰ ਪਤਾ ਹੋਊਗਾ ਕਿ ਕਿਹੜੀ ਚੀਜ਼ ਬਾਹਰ ਜਾ ਕੇ ਕਰਨੀ ਆ ਚਾਰ ਬੰਦਿਆਂ 'ਚ ਬਹਿ ਕੇ ਕਿਹੜੀ ਨਹੀਂ ਕਰਨੀ ਹੈਗੀ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ ਅਤੇ ਹੋਰ ਹੁੰਦਾ ਜੀ ਕੁਛ ਕੁਛ ਨਾ ਕੁਛ ਖਾਣਾ ਬਣਾਉਣਾ ਜਾਂ ਭਾਂਡੇ ਭੁੰਡੇ ਧੋ ਲਿਆ ਕਰੋ ਸਫਾਈ ਕਰ ਲਿਆ ਕਰੋ ਆਪਣੇ ਘਰ ਤੁਹਾਨੂੰ ਇੱਥੇ ਕਿ ਥੋੜ੍ਹਾ ਜਿਹਾ ਆਉਣ ਲੱਗੇ ਮਤਲਬ ਇੱਦਾਂ ਨਹੀਂ ਮੈਂ ਕਹਿੰਦਾ ਕਿ ਹਮੇਸ਼ਾ ਕਰੀ ਜਾਇਆ ਕਰੋ ਮਤਲਬ ਆਹ ਆਉਣ ਤੋਂ ਹਫ਼ਤਾ 10 ਦਿਨ ਪਹਿਲਾਂ ਵੀ ਇਹ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਨੂੰ ਵਧੀਆ ਲੱਗੂਗਾ ਮਹੀਨਾ ਘੱਟੋ ਘੱਟ ਲਓ ਯਾਰ ਬੰਦੇ ਨੂੰ ਇੰਨਾ ਟੇਸਟ ਬਣਾਉਣਾ ਆਉਂਦਾ ਹੈ ਯਾਰ ਕੁਕਿੰਗ ਇੰਨੀ ਨਹੀਂ ਹੁੰਦੀ ਜਿੰਨੀ ਆਪਾਂ ਸੋਚਦੇ ਆਹੋ ਇਦਾਂ ਵੀ ਆ ਅਤੇ ਕੁਕਿੰਗ 'ਚ ਬਹੁਤ ਪ੍ਰੋਬਲਮ ਆਉਂਦੀ ਭਾਅ ਜੀ ਮੈਂ ਇੱਥੇ ਮੈਂ ਟਿਫਨ ਖਾਂਦਾ ਨਾ ਮੈਨੂੰ ਪਤਾ ਵਧੀਆ ਨਹੀਂ ਲੱਗਦਾ ਚੱਲ ਖਾਣਾ ਪੈਂਦਾ ਹੁਣ ਆਦਤ ਪੈ ਜੂਗੀ ਮੈਨੂੰ ਵੀ ਉੱਦਾਂ ਸਹੀ ਹੁੰਦਾ ਸਭ ਕੁਛ ਟਿਫਨ ਪਰ ਸਵਾਦ ਨਹੀਂ ਆਉਂਦਾ ਉਹ ਵਾਲਾ ਜੋ ਆਪਾਂ ਨੂੰ ਉੱਥੇ ਸੋਚਿਆ ਹੁੰਦਾ ਇਸ ਲਈ ਜਨਤਾ ਨੂੰ ਸਵਾਦ ਖਾਣਾ ਵਧੀਆ ਚਾਹੀਦਾ ਹੁੰਦਾ ਨਾ ਕੁਕਿੰਗ ਸਿੱਖ ਕੇ ਆਓ ਆਪ ਬਣਾਓ ਆ ਕੇ ਇੱਥੇ ਆਪ ਹੀ ਖਾਓ ਅਤੇ ਉਹ ਵਧੀਆ ਰਹਿੰਦਾ ਆ ਜਦਕਿ ਤੁਸੀਂ ਬਾਹਰ ਵੇਟ ਕਰਨੀ ਹੋਈ ਠੰਡੀਆਂ ਰੋਟੀਆਂ ਸਵੇਰੇ ਦੀ ਲੈ ਕੇ ਜਾਣੀਆਂ ਇਹ ਵਧੀਆ ਨਾਲ ਯਾਰ ਸਬਜ਼ੀ ਵੀ ਅਜੀਬ ਜੀ
चलो जी ये सगा साडा व्लॉग ये मतलब कैनेडा ते इत्थे बैठे हैं रियलिटी ते उत्थे भी एक्सपेक्टेशन ये थानू माड़ी जी दसी असी इन शॉर्ट असी सोचा ये थानू दिखा दिए एक स्टूडेंट इत्थे आके 15 दिन होए सके इन एक्सपीरियंस थानू थानू दसिया अपना किदा किदा दा रहा ते आई होप थानू दी माड़ी मोटी हेल्प हुई हो ठीक है। चलो सत श्री अकाल जी सारे नूं रब राखा।